दशमेश पिता श्री गुरु गोबिंद सिंह जी के हुक्म अनुसार अज असी गुरु ग्रंथ साहब जी नूं अपना गुरु तो मनते हाँ पर ऐपर बन दा सत्कार नहीं दे रहे। ऐसी ही मिसाल दे रहे हाँ, एक विदेशों आया परिवार जिसने अपने घर दे विच अखंड पाठ साहब तो प्रकाश करवा लए पर जिन्ना क गुरबाणी का गुरु ग्रंथ साहब पातशाह महाराज का सत्कार किया उन्हां लैणा नूं मेरे साथी कविता राही इउं बेनती कर रहे हैं जी। ਕਿਹਾ ਗੁਰਾਂ ਨੇ ਹੋਰ ਅਸੀਂ ਸਮਝ ਗਏ ਗੱਲ ਹੋਰ, ਕਈ ਬਚਨ ਗੁਰਾਂ ਦਾ ਭੁੱਲ ਕੇ ਕਰਨ ਬੇਅਦਬੀ ਘੋਰ। ਘਰ ਵਿੱਚ ਦਿਨ ਖੁਸ਼ੀਆਂ ਦਾ ਆਇਆ, ਸਿੱਖ ਨੇ ਅਖੰਡ ਪਾਠ ਰਖਵਾਇਆ, ਡਟ ਕੇ ਕੀਤੀ ਖੂਬ ਤਿਆਰੀ, ਲਿਆਂਦੀ ਫੇਰ ਗੁਰਾਂ ਦੀ ਸਵਾਰੀ, ਵਧੀਆ ਕਰੀ ਵਿਛਾਈ ਜੀ, ਛਿੜਕੇ ਅਤਰ ਸਿੰਟ ਸੀ ਮਹਿੰਗੇ, ਪੂਰੀ ਮਹਿਕ ਖਿੰਡਾਈ ਜੀ। ਜਦ ਸੀ ਭਾਈ ਨੇ ਵਾਕ ਸੁਣਾਇਆ, ਅੱਖਰ ਕਿਸੇ ਨਾ ਕੰਨ ਚ ਪਾਇਆ, ਜਪ ਜੀ ਸਾਹਿਬ ਨਾ ਹੋਇਆ ਪੂਰਾ, ਛੱਡ ਕੇ ਤੁਰ ਪਏ ਵਿੱਚ ਅਧੂਰਾ, ਬਾਹਰ ਜਾ ਮੰਜੇ ਮੱਲੇ ਐ, ਤਾਬਿਆ ਗੁਰੂ ਸਾਹਿਬ ਦੀ ਰਹਿ ਗਏ ਭਾਈ ਸਾਹਿਬ ਇਕੱਲੇ ਐ। ਸਿੰਘ ਮਗਰ ਵੀ ਜਾ ਜਾ ਵੰਡੀ, ਖਾ ਖਾ ਕਰਦੇ ਮਨਮੁਖ ਪੰਡੀ, ਆਖਣ ਗਰਮ ਕਈ ਕਹਿਣ ਠੰਡੀ, ਕਰਕੇ ਆਪ ਗੁਰਾਂ ਵੱਲ ਕੰਢੀ, ਪੌਣ ਤਿਉੜੀਆਂ ਮੱਥੇ ਸੀ, ਦੇਖਤਾ ਕਿਣਕਾ ਵਾਧੂ ਹੁੰਦੀ, ਭਾਲ ਦੇ ਖੁੱਲੇ ਗੱਫੇ ਸੀ। ਸਾਦਾ ਟੱਬਰ ਵਿਦੇਸ਼ੀ ਰਹਿੰਦਾ, ਹਰ ਕੋਈ ਕੋਲੇ ਆ ਕੇ ਬਹਿੰਦਾ, ਭੁੱਲ ਕੇ ਕੋਲ ਗੁਰਾਂ ਦੇ ਜਾਂਦੇ, ਧੂਪਾਂ ਪੰਜ ਸੱਤ ਕੱਠੀਆਂ ਲਾਂਦੇ, ਧੂਏ ਤੋਂ ਦਮ ਘੁੱਟ ਚੱਲੇ ਐ, ਤਾਬਿਆ ਗੁਰੂ ਸਾਹਿਬ ਦੀ ਰਹਿ ਗਏ ਭਾਈ ਸਾਹਿਬ ਇਕੱਲੇ ਐ। ਇੱਥੇ ਰੰਗ ਮਹਿਫਲਾਂ ਲਾ ਕੇ ਸੁਣਦਾ ਕੋਈ ਪਾਠ ਨਾ ਜਾ ਕੇ, ਕੁੱਤਾ ਜਾ ਅੰਦਰ ਹੈ ਵੜਦਾ, ਪਾਠੀ ਚੁੱਕੀ ਹਥੌੜੀ ਜੜਦਾ, ਪਹਿਰੇਦਾਰ ਵੀ ਕੋਈ ਨਹੀਂ, ਕਈ ਤਾਂ ਗਲ ਪਿਆ ਢੋਲ ਵਜਾਉਂਦੇ, ਮਨ ਵਿੱਚ ਛੱਡਦਾ ਕੋਈ ਨਹੀਂ। ਫੈਸ਼ਨ ਟੌਰ ਸਿਰਾਂ ਤੋਂ ਨੰਗੇ, ਮਾਇਆ ਸਪਣੀ ਨੇ ਹੈ ਡੰਗੇ, ਬੱਚੇ ਉੱਚੀ ਸ਼ੋਰ ਮਚਾਉਂਦੇ, ਦੌੜਾਂ ਵਿਹੜੇ ਵਿੱਚ ਲਗਾਉਂਦੇ, ਖੇਡਣ ਕ੍ਰਿਕਟ ਤੇ ਬੱਲੇ ਐ, ਤਾਬਿਆ ਗੁਰੂ ਸਾਹਿਬ ਦੀ ਰਹਿ ਗਏ ਭਾਈ ਸਾਹਿਬ ਇਕੱਲੇ ਐ। ਬੱਚੇ ਫਿਰਦੇ ਨੌਕਰ ਚਾਕਰ, ਸਭ ਦੀ ਕਰਦੇ ਵੱਜ ਕੇ ਖਾਤਰ, ਬੁੱਢੜਾ ਬਲਗਮ ਸਿੱਟਦਾ ਆਇਆ, ਫੜ ਕੇ ਧੂਪ ਦੇਣ ਲਈ ਬਾਇਆ, ਉਹ ਵੀ ਬੋਲਾ ਕੰਨਾਂ ਦਾ, ਉਧਰ ਬੜਾ ਧਮੱਚੜ ਪਾਇਆ ਚੌਂਤੇ ਉੱਤੇ ਰੰਨਾਂ ਦਾ। ਅੜਕੇ ਲੱਗਦੇ ਸਬਜ਼ੀਆਂ ਦਾਲਾਂ, ਸੁੱਟੀਆਂ ਖਾਣ ਪੀਣ ਤੇ ਲਾਲਾਂ, ਸੇਵਾ ਦੀ ਥਾਂ ਚਮਚਾ ਗੀਰੀ, ਕਰੇ ਵਿਖਾਵਾ ਕਿਵੇਂ ਅਮੀਰੀ, ਕਰਦੇ ਕੰਮ ਅਵੱਲੇ ਐ, ਤਾਬਿਆ ਗੁਰੂ ਸਾਹਿਬ ਦੀ ਰਹਿ ਗਏ ਭਾਈ ਸਾਹਿਬ ਇਕੱਲੇ ਐ। ਕੋਈ ਸ਼ਾਮ ਵਰਤ ਗਏ ਭਾਣੇ, ਲੱਗ ਗਈ ਕਮਰਾ ਚੱਲਦੇ ਗਾਣੇ, ਚੱਲਦਾ ਟੀਵੀ ਤੇ ਲਿਸ਼ਕਾਰਾ, ਇਕੱਠਾ ਮੇਲ ਹੋ ਗਿਆ ਸਾਰਾ, ਬੁੜੀਆਂ ਧੌਣ ਹਲਾਵਣ ਜੀ, ਉਂਝ ਤਾਂ ਲਾਊਡ ਸਪੀਕਰ ਲਾ ਕੇ ਪਿੰਡ ਨੂੰ ਪਾਸ ਸੁਣਾਵਣ ਜੀ। ਕਲਯੁਗ ਜ਼ੋਰ ਜ਼ੋਰ ਦੀ ਹੱਸੇ, ਦਿਸਦੇ ਸ਼ਰਮ ਧਰਮ ਸਭ ਨੱਸੇ, ਏਦੂ ਨਾ ਹੀ ਪਾਠ ਕਰਾਉਂਦੇ, ਪਾਪ ਨਾ ਸਿਰ ਦੇ ਉੱਤੇ ਚੜਾਉਂਦੇ, ਹੋਮਿਨ ਦਬਲੇ ਥੱਲੇ ਐ, ਤਾਬਿਆ ਗੁਰੂ ਸਾਹਿਬ ਦੀ ਰਹਿ ਗਏ ਭਾਈ ਸਾਹਿਬ ਇਕੱਲੇ ਐ। ਹੋ ਗਿਆ ਟਾਈਮ ਰੌਲ ਦਾ ਪੂਰਾ, ਮਾਰਿਆ ਭਾਈ ਸਾਹਿਬ ਕੰਗੂਰਾ, ਪੂਰਾ ਧਿਆਨ ਕਿਸੇ ਨਾ ਕੀਤਾ, ਗੁੱਸੇ ਵਿੱਚ ਸੀ ਭਰਿਆ ਪੀਤਾ, ਹੁਣ ਤਾਂ ਮਸਾਂ ਹੀ ਬਹਿੰਦਾ ਸੀ, ਸੋਤੀ ਬਾਣੀ ਨਾਲੋਂ ਟੁੱਟ ਗਈ, ਬਿੰਦ ਬਿੰਦ ਪਾਸੇ ਲੈਂਦਾ ਸੀ, ਘੰਟਾ ਪਾਠੀ ਲੇਟ ਕਰਾਇਆ, ਆਪੇ ਪਾਣੀ ਪਾ ਕੇ ਨਹਾਇਆ, ਉਸਲ ਵਟੇ ਜਾ ਪੀਆ ਲੈਂਦਾ, ਰਾਮ ਨਾ ਬਹਿ ਜਾਣ ਇੱਕ ਕਹਿੰਦਾ, ਬੰਦੇ ਅਸੀਂ ਸੱਦਣ ਘੱਲੇ ਐ, ਤਾਬਿਆ ਗੁਰੂ ਸਾਹਿਬ ਦੀ ਰਹਿ ਗਏ ਭਾਈ ਸਾਹਿਬ ਇਕੱਲੇ ਐ। ਗੁਰ ਜਾਗੇ ਤਿੰਨ ਦਿਹਾੜੇ, ਸੇਵਕ ਮਾਰਦੇ ਰਹੇ ਘਰਾਰੇ, ਕਾਰਜ ਰਾਸ ਅਜਿਹੇ ਹੋਣੇ, ਸਾਹਮਦੇ ਰਿਸ਼ਤੇਦਾਰ ਪਰਾਉਣੇ, ਕਰਦੇ ਕੰਮ ਵਿਖਾਵੇ ਮੈਂ, ਪ੍ਰਭੂ ਪ੍ਰੇਮ ਭਗਤ ਦਾ ਭੁੱਖਾ ਆਉਂਦਾ ਨਹੀਂ ਛਲਾਵੇ ਮੈਂ। ਵਾਜੋ ਸ਼ਬਦ ਗੁਰੂ ਜੀ ਮਾਰੇ, ਅੰਮ੍ਰਿਤ ਵੇਲਾ ਤੂੰ ਉੱਠ ਪਿਆਰੇ, ਸੂਰਜ ਚੜੇ ਪੂੰਜਦੇ ਗਿੱਡਾ, ਖਾ ਕੇ ਚਾਹ ਦੇ ਨਾਲ ਬਰੇਡਾਂ, ਹੋਏ ਅਕਲ ਦੇ ਝੱਲੇ ਐ, ਤਾਬਿਆ ਗੁਰੂ ਸਾਹਿਬ ਦੀ ਰਹਿ ਗਏ ਭਾਈ ਸਾਹਿਬ ਇਕੱਲੇ ਐ। ਕੇ ਸੱਤ ਵਜੇ ਮਾਲਕ ਕਹਿੰਦਾ, ਮਨ ਵਿੱਚ ਇੱਕ ਹੈ ਸੰਸਾਰ ਰਹਿੰਦਾ, ਬਾਬਾ ਫਰੀਦ ਸਾਹਿਬ ਦੀ ਬਾਣੀ ਭਾਈ ਜੀ ਕਿੰਨੇ ਕੁ ਵਜੇ ਸੁਣਾਣੀ, ਨਾਲ ਸਲੋਕ ਕਬੀਰ ਦੇ, ਜਾਣੀ ਸੁਣ ਕੇ ਸ਼ਾਂਤੀ ਆਉਂਦੀ, ਜਾਂਦੇ ਦਿਲ ਨੂੰ ਚੀਰ ਦੇ। ਹੁਣ ਤਾਂ ਭੋਗ ਪੈਣ ਦੀ ਤਿਆਰੀ, ਤੁਸਾਂ ਤਾਂ ਸੁੱਤਿਆਂ ਰਾਤ ਗੁਜ਼ਾਰੀ, ਸੁਣ ਲਓ ਚੱਲਦੇ ਪਏ ਸਵਈਏ, ਰੌਲ ਤੋਂ ਉੱਠ ਕੇ ਕਿਸ ਤਰ੍ਹਾਂ ਕਹੀਏ ਪੈਣਾ, ਹੁਣ ਕੀ ਪੱਲੇ ਐ, ਤਾਬਿਆ ਗੁਰੂ ਸਾਹਿਬ ਦੀ ਰਹਿ ਗਏ ਭਾਈ ਸਾਹਿਬ ਇਕੱਲੇ ਐ। ਥੋੜਾ ਭੋਗ ਲੇਟ ਹੀ ਪਾਉਣਾ ਭਾਈ ਜੀ, ਮੈਂ ਤਾਂ ਜੀ ਹੈ ਨਹਾਉਣਾ, ਨਹਾ ਕੇ ਕਰਨ ਚੌਰ ਦੀ ਸੇਵਾ, ਰਾਗੀਆਂ ਦੇ ਤਾਂ ਮਿੰਟ ਵਿੱਚ ਮੇਵਾ, ਇਹ ਗੁਰਸਿੱਖ ਸਿਆਣੇ ਜੀ,
ਕਰਦੇ ਗਊ ਗਰੀਬ ਦੀ ਸੇਵਾ ਸਾਰਾ ਨਗਰ ਹੀ ਜਾਣੇ ਜੀ। ਪੈ ਗਿਆ ਭੋਗ ਤੇ ਢਾਣਾ ਰਲਿਆ ਬਸ ਫਿਰ ਦੌਰ ਪਿਆਲਾ ਚੱਲਿਆ ਬਾਬਾ ਛੱਡਣ ਕੋਈ ਨਾ ਜਾਂਦੇ ਆਪੋ ਆਪਣਾ ਦਾ ਬਚਾਉਂਦੇ ਜਿਹੜੇ ਸਬਰ ਤੋਂ ਹੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹਿ ਗਏ ਭਾਈ ਸਾਹਿਬ ਇਕੱਲੇ ਐ। ਇਹਨਾਂ ਐਵੇਂ ਨਾ ਹੰਕਾਰੋ ਆਪਣਾ ਹੱਥ ਅਕਲ ਨੂੰ ਮਾਰੋ ਗੁਰਾਂ ਦੇ ਸਦਕਾ ਮਿਲੀ ਸਰਦਾਰੀ ਬੇਮੁਖ ਹੋ ਕੇ ਮਿਲੂ ਖੁਹਾਰੀ ਸਿੱਖੋ ਹੋਸ਼ ਸੰਭਾਲੋ ਬਈ ਆਪਾਂ ਗੁਨਾਹਗਾਰ ਹਾਂ ਸਾਰੇ ਇੱਕ ਦੂਜੇ ਨਾ ਟਾਲੋ ਬਈ ਜੇਕਰ ਕਰ ਸਕਦੇ ਨਹੀਂ ਆਦਰ ਇਹ ਵੀ ਹੱਕ ਨਹੀਂ ਕਰੋ ਨਰਾਦਰ ਗਾਫਲ ਮੰਨ ਲੈ ਗੁਰਾਂ ਦਾ ਕਹਿਣਾ ਲੇਖਾ ਇਕੱਲੇ ਨੂੰ ਦੇਣਾ ਪੈਣਾ ਸੱਚੀ ਗੱਲ ਟਿਕਾਣੇ ਦੀ ਔਲਾ ਖਾਧਾ ਮਗਰੋਂ ਦੱਸਦਾ ਦਿੱਤੀ ਮਤ ਸਿਆਣੇ ਦੀ। ਅੱਜ ਅਸੀਂ ਜੋ ਤੁਹਾਡੇ ਸਾਹਮਣੇ ਕਵਿਤਾ ਦੇ ਵਿੱਚ ਵਿਦੇਸ਼ੀ ਪਰਿਵਾਰ ਦੀ ਗੱਲ ਕੀਤੀ ਹੈ ਇਸ ਵਿਦੇਸ਼ੀ ਪਰਿਵਾਰ ਤੋਂ ਇਹ ਭਾਵ ਅਰਥ ਨਹੀਂ ਲੈਣਾ ਕਿ ਵਿਦੇਸ਼ੀ ਲੋਕਾਂ ਦੀ ਜਾਂ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ਗੁਰੂ ਪ੍ਰਤੀ ਸ਼ਰਧਾ ਪਿਆਰ ਭਾਵਨਾ ਨਹੀਂ। ਵਿਦੇਸ਼ੀ ਲੋਕਾਂ ਦਾ ਪਿਆਰ ਸਤਿਕਾਰ ਸਾਡੇ ਨਾਲੋਂ ਵੱਧ ਅਤੇ ਜ਼ਿਆਦਾ ਹੋ ਸਕਦਾ ਹੈ ਪਰ ਜਿਵੇਂ ਇਸ ਪਰਿਵਾਰ ਨੇ ਅਣਜਾਣਪੁਣੇ ਦੇ ਵਿੱਚ ਸਤਿਗੁਰਾਂ ਦੀ ਆਪਣੇ ਘਰ ਦੇ ਵਿੱਚ ਲਿਆ ਕੇ ਇੱਕ ਹੋਰ ਬੇਅਦਬੀ ਕੀਤੀ ਇਸ ਤੋਂ ਅਸੀਂ ਸਾਰੇ ਸਮਾਜ ਨੇ ਸਮੁੱਚੀ ਲੋਕਾਈ ਨੇ ਜਾਗਰਤ ਹੋ ਕੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ ਵੱਧ ਤੋਂ ਵੱਧ ਸਤਿਕਾਰ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਲੈਣਗੀਆਂ। ਇਹੀ ਸਾਡੀ ਸੱਚੇ ਸਤਿਗੁਰਾਂ ਨੂੰ ਸੱਚੀ ਸ਼ਰਧਾ ਔਰ ਪਿਆਰ ਹੈ। ਇੰਨਾ ਕੁਝ ਕਹਿੰਦੇ ਹੋਏ ਰੋਡਿਆਂ ਵਾਲਾ ਕਵੀਸ਼ਰੀ ਜੱਥਾ ਫਤਿਹ ਬੁਲਾਉਣੇ ਆ। ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।